साडे चैनल ते होर नवीआं ते ताज़ा न्यूज़ देखण लई साडे सच ते पैरा टीवी चैनल नूं सबसक्राइब करो अते इस दे नाल ही दित्ते गए बैल आइकन नूं दबाओ। धन्नवाद। गैस्ट फैकल्टी प्रोफेसर दे हक दे विच सरकारी केटी कॉलेज नियाल दे विद्यार्थियों दे वल्लों गेट अगे कीता रोस प्रदर्शन। पंजाब सरकार उचेरी सिक्ख्या विभाग दीआं गैस्ट फैकल्टी पार्ट टाइम कंट्रैक्टर उत्ते सरकारी कॉलेजां दे विच पिछले 15 तों 20 सालां तों काम करदे कच्चे प्रोफेसरां दे विरुद्ध अपनियां मारू नीतियां कारण पूरे पंजाब दे सरकारी कॉलेजां विच पिछले 31 दिनां तों धरना प्रदर्शन जारी है, पर पंजाब सरकार दे कान ते अजे भी जूही सरक रही ते पंजाब सरकार साडियां नौकरियां नूं सुरक्षा करन दे लई लिखती देण दी थां सानू हर बार लॉलीपॉप दे के केवल समा लंघा रहा है। इस लई सरकार नूं चेतावनी दित्ती गई है कि जेकर सरकार लिखती रूप विच गैस्ट फैकल्टी सहायक प्रोफेसर दीआं नौकरियां सुरक्षित नहीं करता तां इस संघर्ष नूं होर भी तेज कीता जाएगा। काम कर रहे ने उन्होंने ही उत्थे पक्का किया जाए, यह साडा अधिकार है क्योंकि असि बहुत लंबे समय तो संघर्ष सरकारी खजाने दे विचो काम करदे प्रोफेसरां नूं है जिहड़ी ओह तनखाह दित्ती जावे। सो पंजाब सरकार, पंजाब सरकार, पंजाब सरकार, चंडी सरकार, चंडी सरकार, कालजां दे विच 906 गैस्ट फैकल्टी नूं पक्का करो। पंजाब सरकार, पंजाब सरकार, जिंदाबाद उन्हों का, असि सारे नाल चलांगे जिथे तुसी आखोगे। बच्चियां दीआं
ਸਾਡੇ ਹੀ ਬੱਚੇ ਨੇ ਸਾਰੇ ਜਿਹੜੇ ਬੈਠੇ ਹੋਏ ਨੇ ਜੇ ਇਹਨਾਂ ਨੂੰ ਜੌਬ ਨਾ ਮਿਲੀ ਤੇ ਇਹਨਾਂ ਦੇ ਕੋਲ ਪਰਿਵਾਰ ਕਿਵੇਂ ਪਾਲੇ ਜਾਣਗੇ ਜਿਹਨਾਂ ਦਾ ਇੰਨੇ ਚਿਰ ਤੋਂ ਬੱਚਿਆਂ ਨੂੰ ਪੜ੍ਹਾ ਰਹੇ ਨੇ ਇਹਨਾਂ ਦੀਆਂ ਧਨ ਕੁਰਬਾਨੀਆਂ ਨੇ ਜਦੋਂ ਘਰ ਛੱਡ ਕੇ ਆਉਂਦੇ ਨੇ ਆਪਣੇ ਮਾਪਿਆਂ ਨੂੰ ਛੱਡ ਕੇ ਆਉਂਦੇ ਨੇ ਤੇ ਸਾਰਾ ਸਾਰਾ ਦਿਨ ਆ ਕੇ ਬੱਚਿਆਂ ਤੇ ਨਾਲ ਛੋਟੇ ਬੱਚਿਆਂ ਨਾਲ ਮੱਥਾ ਮਾਰਦੇ ਨੇ ਪੜ੍ਹਾਈ ਕਰਾਉਂਦੇ ਨੇ ਤੇ ਸਾਨੂੰ ਵੀ ਪਤਾ ਸਾਡੇ ਬੱਚੇ ਵੀ ਆਉਂਦੇ ਨੇ ਬੜਾ ਔਖਾ ਹੈ ਇਸ ਜਿਹਨ ਜਦੋਂ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਦਿਮਾਗ ਲੜਦਾ ਹੈ ਇਹਦੇ ਵਿੱਚ ਤੇ ਇਹਨਾਂ ਸਰਕਾਰਾਂ ਨੂੰ ਮੈਂ ਤਾਂ ਇਹੀ ਕਹਾਂਗੀ ਵੀ ਇਹ ਬੱਚਿਆਂ ਨੂੰ ਸਰਕਾਰੀ ਜੌਬ ਮਿਲਣੀ ਚਾਹੀਦੀ ਹੈ ਜੋ ਇਹਨਾਂ ਦੇ ਬੱਚਿਆਂ ਦੇ ਹੱਕ ਨੇ ਸਾਡੇ ਬੱਚਿਆਂ ਦੇ ਇਹਨਾਂ ਨੂੰ ਹੱਕ ਸਰਕਾਰਾਂ ਨੂੰ ਦੇਣੇ ਚਾਹੀਦੇ ਨੇ ਜੋ ਮੈਂ ਕਹਾਂਗੀ ਮੈਂ ਨਾਰਾ ਲਾਉਂਗੀ ਥੋੜੇ ਜਿਹਾ ਕਿ ਦੋ ਦੋ ਮਿੰਟ ਮਿਲੇ ਨੇ ਸਾਰਿਆਂ ਨੂੰ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ ਚੰਨੀ ਸਰਕਾਰ ਚੰਨੀ ਸਰਕਾਰ ਚੰਨੀ ਸਰਕਾਰ ਕਿਸਾਨ ਮਜ਼ਦੂਰ ਏਕਤਾ ਕਿਸਾਨ ਮਜ਼ਦੂਰ ਏਕਤਾ ਚਲੋ ਵਾਹਿਗੁਰੂ ਜੀ ਖਾਲਸਾ ਹਾਂਜੀ ਪ੍ਰੋਫੈਸਰ ਜਤਿੰਦਰ ਸਿੰਘ ਧੀਮਾਨ ਮੈਂ ਪਾਤਰਾ ਨਿਆਲ ਕਾਲਜ ਦੇ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਕੰਮ ਕਰਦਾ ਪਿਛਲੇ 13-14 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ ਤੇ 18-20 ਸਾਲ ਹੋ ਗਏ ਸਾਡੇ ਸਾਥੀਆਂ ਨੂੰ ਕੰਮ ਕਰਦਿਆਂ ਨੂੰ ਹਾਂਜੀ ਸਰਕਾਰੀ ਕਿਰਤੀ ਕਾਲਜ ਨਿਆਲ ਪਾਤੜਾ ਵਿਖੇ ਸਹਾਇਕ ਪ੍ਰੋਫੈਸਰ ਗੈਸਟ ਫੈਕਲਟੀ ਐਸੋਸੀਏਸ਼ਨ ਪੰਜਾਬ ਵੱਲੋਂ ਪੰਜਾਬ ਦੇ 48 ਕਾਲਜਾਂ ਦੇ ਵਿੱਚ ਪੂਰੇ ਪੰਜਾਬ ਦੇ 48 ਕਾਲਜਾਂ ਦੇ ਵਿੱਚ ਇਹ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਅੱਜ 3 ਤਰੀਕ ਨੂੰ ਇਸ ਦੇ ਵਿੱਚ ਚੰਨੀ ਸਰਕਾਰ ਦੀਆਂ ਨਲਾਇਕੀਆਂ ਜਿਹੜੀ ਕਿ 1158 ਪੋਸਟਾਂ ਕੱਢ ਕੇ ਵਰਕਲੋਡ ਦੇ ਮੁਤਾਬਕ ਬਾਕੀ ਪੋਸਟਾਂ ਨੂੰ ਛੱਡ ਕੇ ਉਹ ਸਾਡੇ ਗੈਸਟ ਫੈਕਲਟੀ ਉੱਪਰ ਸਾਨੂੰ ਪੇਟ ਉੱਪਰ ਲੱਤ ਮਾਰਨ ਜਾ ਰਹੀ ਹੈ ਤੇ ਅਸੀਂ ਹੋਣ ਨਹੀਂ ਦੇਣਾ ਸਾਡੇ ਨਾਲ ਕਿਸਾਨ ਜਥੇਬੰਦੀ ਸਟੂਡੈਂਟ ਯੂਨੀਅਨ ਸਟੂਡੈਂਟ ਦਾ ਏਕਾ ਸਾਰੇ ਸ਼ਹਿਰ ਦਾ ਏਕਾ ਸਾਡੇ ਨਾਲ ਸਾਰਾ ਮੌਜੂਦ ਹੈਗਾ ਤੇ ਅਸੀਂ ਚਾਹੁੰਦੇ ਹਾਂ ਕਿ ਗੈਸਟ ਫੈਕਲਟੀ ਦੀ ਨੌਕਰੀਆਂ ਸੁਰੱਖਿਅਤ ਕੀਤੀਆਂ ਜਾਣ ਤੇ ਸਾਨੂੰ ਸਾਡਾ ਬਣਦਾ ਹੱਕ ਮਿਲੇ 18-20 ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ 18-20 ਸਾਲ ਦੇ ਵਿੱਚ ਸਾਨੂੰ ਕੰਮ ਲੈਣ ਤੋਂ ਬਾਅਦ ਸਾਨੂੰ ਅੱਜ ਕਿਹਾ ਜਾਂਦਾ ਕਿ ਤੁਸੀਂ ਜਾਓ ਤੁਹਾਡੀ ਸਾਨੂੰ ਕੋਈ ਲੋੜ ਨਹੀਂ ਅਸੀਂ ਕਾਲਜ ਸਾਹਮਣੇ ਪਿਛਲੇ 20 ਸਾਲਾਂ ਦੇ ਵਿੱਚੋਂ ਨਾ ਉਹਦੇ ਕੋਈ ਰੈਗੂਲਰ ਪ੍ਰੋਫੈਸਰ ਆਇਆ ਨਾ ਪ੍ਰਿੰਸੀਪਲ ਆਇਆ ਤੁਹਾਡੇ ਸਾਹਮਣੇ ਚਮਕਦੀ ਬਿਲਡਿੰਗ ਹੈ 1700 ਪਲੱਸ ਉਹਦੇ ਵਿਦਿਆਰਥੀ ਪੜ੍ਹਦਾ ਅਸੀਂ ਟੋਟਾ ਅਸੀਂ ਜ਼ਮੀਨ ਅਸੀਂ ਸਾਰਾ ਆਪਦਾ ਸਮਝ ਕੇ ਉਰੇ ਆਪ ਖੁਦ ਬੱਚੇ ਪਾਲੇ ਉਰੇ ਬੱਚਿਆਂ ਨੂੰ ਪੜ੍ਹਾਇਆ ਸਰਕਾਰੀ ਨੌਕਰੀ ਲਵਾਇਆ ਤੇ ਅੱਜ ਸਾਡੇ ਜਿਹਨੇ ਵਿਭਾਗਾਂ ਦੇ ਲੱਗੇ ਹੋਏ ਨੇ ਜਿਨ੍ਹਾਂ ਦਾ ਅਸੀਂ ਜੀਵਨ ਰਸਾਇਆ ਤੇ ਉਹ ਉਲਟ ਸਾਡਾ ਹੀ ਨੁਕਸਾਨ ਹੋਇਆ ਸਾਡੇ ਇਸ ਤੋਂ ਵੱਧ ਇਸ ਰੋਸ ਨੇ ਪਿਛਲੇ 1.5-2 ਮਹੀਨੇ ਹੋ ਗਏ ਸਾਨੂੰ ਇਹ ਰੋਸ ਮੁਜ਼ਾਰਾ ਕਰਦਿਆਂ ਨੂੰ ਹੜਤਾਲ ਤੇ ਚੱਲਦਿਆਂ ਨੂੰ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਆਪ ਲੈਣ ਤੇ ਆ ਜਾਏ ਸਾਡਾ ਬਣਦਾ ਹੱਕ ਦੇ ਦੇ ਨਹੀਂ ਚੰਨੀ ਸਰਕਾਰ ਨੂੰ ਉਨੀ ਸਰਕਾਰ ਨੂੰ ਅਸੀਂ ਇੱਕ ਵੀ ਵੋਟ ਨਹੀਂ ਪੈਣ ਦੇਣੀ ਹੈਗੀ ਸਾਡਾ ਪੜ੍ਹਿਆ ਲਿਖਿਆ ਯੂਥ ਹੈ ਸਾਡੇ ਨਾਲ ਜੁੜੇ ਹੋਏ ਨੇ ਕਿਸਾਨ ਜਥੇਬੰਦੀਆਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਅਸੀਂ ਪੂਰਾ ਜਲੂਸ ਕੱਢਾਂਗੇ ਸਰਕਾਰਾਂ ਦਾ ਜੇ ਸਰਕਾਰਾਂ ਸਾਡੇ ਤੱਕ ਸਾਡੀ ਜੋਬ ਨੂੰ ਸਿਕਿਓਰ ਨਹੀਂ ਕਰਨਗੀਆਂ ਸਾਡਾ ਬਣਦਾ ਹੱਕ ਨਹੀਂ ਬਣਦਾ ਕਿਤੇ ਤਾਂ ਸਾਡੀ ਤਨਖਾਹ ਵਾਧਾ ਕਰਨਾ ਸੀ ਲੇਕਿਨ ਉਲਟ ਸਾਨੂੰ ਕਿਹਾ ਜਾ ਰਿਹਾ ਥੋੜੀ ਸਾਨੂੰ ਲੋੜ ਨਹੀਂ ਨਾ ਮੀਨੂ ਗਾੜ ਹੈ ਮੈਂ ਇਸ ਕਾਲਜ ਦੇ ਵਿੱਚ ਪਿਛਲੇ 15-17 ਸਾਲ ਤੋਂ ਹੈ ਐਜ਼ ਇਕਨੋਮਿਕਸ ਲੈਕਚਰ ਹੈ ਜਿਹੜਾ ਪੜ੍ਹਾ ਰਹੀ ਹਾਂ ਜਿਹੜਾ ਅਸੀਂ ਇੱਥੇ ਅੱਜ ਅਸੀਂ ਖੜ੍ਹੇ ਹਾਂ ਇਹ ਸਰਕਾਰ ਦੀਆਂ ਪਿਛਲੇ 15-20 ਸਾਲ ਤੋਂ ਜੌਬ ਕਰ ਰਹੇ ਸਰਕਾਰੀ ਕਾਲਜਾਂ ਦੇ ਵਿੱਚ ਹੋ ਰਹੀ ਅਧਿਕੀਆਂ ਦੇ ਕਾਰਨ ਅਸੀਂ ਇੱਥੇ ਅੱਜ ਖੜ੍ਹੇ ਹਾਂ ਸਰਕਾਰ ਨੂੰ ਪਤਾ ਹੋਣ ਦੇ ਬਾਵਜੂਦ ਕੀ ਵੀ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੇ ਪਹਿਲਾਂ ਹੀ ਆਲਰੇਡੀ ਗੈਸਟ ਫੈਕਲਟੀ ਲੈਕਚਰਾਰ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਉਹਦੇ ਬਾਵਜੂਦ ਵੀ ਸਰਕਾਰ ਨੇ ਜਿਹੜੀਆਂ ਉਹ 931 ਪੋਸਟਾਂ ਸਾਡੇ ਅਗੇਂਸਟ ਕੱਢੀਆਂ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਵੀ ਪੋਸਟਾਂ ਕੱਢਣੀਆਂ ਜਿਹੜੀਆਂ ਉਹ ਬਿਲਕੁਲ ਗਲਤ ਹੈ ਪੋਸਟਾਂ ਸਰਕਾਰ ਕੱਢੇ ਬਾਹਰਲਿਆਂ ਨੂੰ ਵੀ ਮੌਕਾ ਦੇਵੇ ਪਰ ਜਿਹੜੇ ਆਲਰੇਡੀ ਇੱਥੇ ਵਰਕਿੰਗ ਹੈਗੇ ਨੇ ਲੰਬੇ ਸਮੇਂ ਤੋਂ ਅਸੀਂ ਚਾਹੁੰਦੇ ਹਾਂ ਅਸੀਂ ਸਰਕਾਰ ਸਾਨੂੰ ਪਰਮਾਨੈਂਟ ਕਰੇ ਇੱਥੇ ਰੈਗੂਲਰ ਕਰੇ ਕਿਉਂਕਿ ਸਾਡਾ ਇਹ ਹੱਕ ਹੈ ਸਰਕਾਰ ਸਾਡਾ ਬਣਦਾ ਹੱਕ ਹੈ ਜਿਹੜਾ ਉਹ ਸਾਨੂੰ ਦੇਵੇ ਇਸ ਦੇਖੋ ਜਦੋਂ ਇਸ ਕਾਲਜ ਦੇ ਵਿੱਚ ਆਏ ਸੀ ਤਾਂ ਉਸ ਟਾਈਮ ਇਸ ਕਾਲਜ ਦੀ ਸਟਰੈਂਥ ਸੀਗੀ ਜਿਹੜੀ ਉਹ ਬਹੁਤ ਘੱਟ ਸੀ ਪਰ ਇਹਨਾਂ ਸਾਰੀਆਂ ਜਿੰਨੇ ਵੀ ਇੱਥੇ ਗੈਸਟ ਫੈਕਲਟੀ ਲੈਕਚਰਾਰ ਕੰਮ ਕਰ ਰਹੇ ਨੇ ਉਹਨਾਂ ਦੀ ਮਿਹਨਤ ਨਤੀਜਾ ਔਰ ਸਰਕਾਰ ਸਾਡੀ ਮਿਹਨਤ ਨੂੰ ਹੈ ਜਿਹੜਾ ਉਹ ਇਗਨੋਰ ਕਰ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਵੀ ਜਿਹੜੇ ਅਸੀਂ ਬਿਲਕੁਲ ਡਾਊਨ ਲੈਵਲ ਤੋਂ ਉੱਪਰ ਤੱਕ ਲੈ ਕੇ ਗਏ ਕਾਲਜ ਨੂੰ ਸਾਡੀਆਂ ਸੇਵਾਵਾਂ ਨੂੰ ਸਰਕਾਰ ਇਗਨੋਰ ਨਾ ਕਰੇ ਸਾਨੂੰ ਸਾਡਾ ਬਣਦਾ ਹੱਕ ਦੇਵੇ ਸਰਕਾਰ ਸਾਨੂੰ ਇੱਥੇ ਸਾਡੀਆਂ ਸੇਵਾਵਾਂ ਨੂੰ ਰੈਗੂਲਰ ਕਰੇ ਨਾਮ ਹੈ ਯੋਗਰਾ ਸਿੰਘ ਤੇ ਮੈਂ ਇੱਥੇ BA ਫਸਟ ਈਅਰ ਦਾ ਵਿਦਿਆਰਥੀ ਹਾਂ ਕੀਰਤੀ ਕਾਲਜ ਨਿਆਲ ਚ ਸਾਡਾ ਪ੍ਰੋਟੈਸਟ ਅੱਜ ਇਹ ਹੈ ਜਿਹੜਾ ਗੈਸ ਫੈਕਲਟੀ ਅਧਿਆਪਕ ਨੇ ਉਹਨਾਂ ਨੂੰ ਜਿਹੜਾ ਕੰਟਰੈਕਟ ਬੇਸ ਤੇ ਜਿਹੜਾ ਇੱਥੇ ਨੌਕਰੀ ਤੇ ਰੱਖਿਆ ਹੋਇਆ ਉਹਨਾਂ ਨੂੰ ਜਿਹੜਾ ਪੱਕਾ ਕੀਤਾ ਜਾਵੇ ਤੇ ਜਿਹੜਾ ਉਹਨਾਂ ਦੇ ਬਣਦੇ ਹੱਕ ਨੇ ਉਹਨਾਂ ਨੂੰ ਦਿੱਤੇ ਜਾਣ ਇਸ ਮੁੱਦੇ ਤੇ ਅਸੀਂ ਜਿਹੜਾ ਅੱਜ ਵਿਦਿਆਰਥੀ 4 ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਜਿਹਦੇ ਵਿੱਚ ਕਿਸਾਨ ਜਥੇਬੰਦੀ ਉਗਰਾਹਾਂ ਇੱਕ ਟੀਚਰ ਜਥੇਬੰਦੀ ਆ ਤੇ ਇੱਕ ਜਿਹੜੀ ਪੰਜਾਬ ਸਟੂਡੈਂਟ ਯੂਨੀਅਨ ਹੈ ਤੇ ਅਸੀਂ SOI ਵੱਲੋਂ ਆਪਣਾ ਜਿਹੜਾ ਸਹਿਯੋਗ ਦੇ ਰਹੇ ਹਾਂ ਸਾਰੇ ਵਿਦਿਆਰਥੀ ਜਿਹੜੇ ਨੇ ਉਹ ਹਮੇਸ਼ਾ ਟੀਚਰਾਂ ਦੇ ਨਾਲ ਜੁੜ ਕੇ ਜਿਹੜਾ ਨੇ ਆਪਣੇ ਹੱਕ ਜਿਹੜੇ ਟੀਚਰਾਂ ਦੇ ਬਣਦੇ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਯੋਗਦਾਨ ਦੇਣਗੇ ਤੇ ਆਪਣੇ ਜਿਹੜੇ ਹੱਕ ਨੇ ਉਹ ਵੀ ਲੈਣ ਦੇ ਤੇ ਇਸੇ ਪ੍ਰਕਾਰ ਹੀ ਜਿਵੇਂ ਅੱਗੇ ਸਾਡੇ ਅੰਦੋਲਨ ਚੱਲਦੇ ਰਹੇ ਨੇ
पहला दिल्ली वाला चलिया, उस तो बाद सरकार टीचर के चल रहे हैं, साडे विद्यार्थियों के अंदोलन चल रहे हैं। इस प्रकार ही अज असी एक इतने रैली कढ़न जा रहे हैं, जिस जे टीचर के हक ने वो स्टूडेंट उन्होंने नाल जुड़ के उन्होंने हकों वास्ते संघर्ष करेंगे। अज सा मार्च आ इतने पत्रा के रैली कढ़ा, ये हल ना होया पहली गल तो हल होए बिना रह नहीं सकता। जे दिल्ली वाला असं अंदोलन जित गए ये चीज़ ही कुछ नहीं, जे असी सेंटर जाके दब सकते हैं पंजाब सरकार तो असं उ दबी बैठे पहले ही। जे अंदोलन ये मंगा साड़िया नहीं मनते तो असी जिहड़ा अपना अंदोलन होर तिखा करांगे ते जिहड़ा सरकार दे संघ च गूठा दवांगे। साडी मंग यह है भी जो गैस्ट फैकल्टी जो 18-20 साल तो पढ़ा रहे हैं जी कॉलेज, जिहड़े टीचर एलीजिबल है सरकार पहले उन्होंने पक्का करे, उन्हों का भविष्य सुरक्षित करे, तो बाद उस तो बाद जिहड़े नवी भर्तियां फिर करे। ये कोई रूल नहीं होया भी पहला भी तुम अयोग हो, जेकर अयोग है तो फिर उन्होंने क्यों रखे हुए थे कॉलेजों के तो फिर सरकार से सब तो पहला केस सरकार से ही बनता भी अयोग बंदियों राही सानू जो बच्चे पढ़ाया जा रहा सब तो पहला बच्चों के भविष्य में खिलवाड़ सरकार ही कर रही थी। साडी मंग है कि जो 18-20 साल पढ़ा रहे हैं प्रोफेसर जिहड़े एलीजिबल है तो सरकार पहला उन्होंने पक्का करे, नवीं भर्तियां फिर करे, तो जेकर सरकार यह मंगा नहीं मानदियां तो असं आने वाले टाइम के होर जथेबंदियों का साथ लैके लोगों का साथ लैके तो संघर्ष करांगे जी। पतड़ा तो सतपाल गर्ग की रिपोर्ट।